दैनिक सवेरा टीवी देख रहे हो तुसी ते मैं हरमनजीत कौर इस वेले असी मौजूद हाँ श्री आनंदपुर साहिब जिथे होले महल्ले दीआं रौणकां लगियां होईआं रात का समय पर संगतां दे विच उत्साह उसे तरह बरकरार है लंगरां दी सेवा की जा रही है जो बीबियां उन्हां दे वल्लों प्रशादे पकाए जा रहे ने उत्थे ही रस भिन्ना कीर्तन किया जा रहा शब्द जो गाए जा रहे ने दस दिए कि दूर दुराडे तो जो संगतां चल के आ रही ने उत्थे ही जो रात इत्थे रात का समा रुके ने दूजे पड़ा का जो होला महला शुरू हो चुके है ते लगातार दूरों चल के जो संगतां गुरद्वारा साहिब नतमस्तक होने वास्ते पहुँच रही ने इसे दे चलते जो सेवा भी लगातार जारी है रात के समय के भी जो संगतां दे विच उत्साह है उस तरह बरकरार है गल करन दी कोशिश करते हैं। सत श्री अकाल आंटी जी, कित्थों आए हो तुसीं? ਅਸੀਂ ਡਿਸਟ੍ਰਿਕਟ ਕਪੂਰਥਲਾ ਢਿਲਵਾ ਤੋਂ ਆਏ ਹਾਂ ਜੀ। ਕਿਸ ਦਿਨ ਤੇ ਆਏ ਹੋ ਤੇ ਕਿੰਨੇ ਦਿਨ ਰੁਕੋਗੇ ਇੱਥੇ? 8 ਦਿਨ। ਅਸੀਂ 2 ਦਿਨ ਤੋਂ ਆਏ ਹਾਂ ਜੀ, 1 ਦਿਨ ਹੋਰ ਰੁਕਾਂਗੇ, ਹੋਲਾ ਮਹੱਲਾ ਦੇਖ ਕੇ ਫਿਰ ਜਾਵਾਂਗੇ। ਹਾਂਜੀ, ਤਾਂ ਬਿਲਕੁਲ ਜੋ ਸੰਗਤਾਂ ਹੈ ਚੱਲ ਕੇ ਇੱਥੇ ਆਈਆਂ ਹੋਈਆਂ ਹਜੇ ਇੱਥੇ ਰੁਕੂਗੀਆਂ ਵੀ ਤਾਂ ਕੀਰਤਨ ਲਗਾਤਾਰ ਜਾਰੀ ਹੈ, ਬਾਕੀ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਜ਼ਿਲ੍ਹਾ ਕਪੂਰਥਲਾ ਜੀ, ਇੱਥੇ ਗੁਰੂ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਲੰਗਰ ਲੱਗ ਰਿਹਾ ਜੀ। ਇੱਥੇ ਕਪੂਰਥਲਾ ਜ਼ਿਲ੍ਹਾ ਅਤੇ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਜੀ, ਤਿੰਨਾਂ ਜ਼ਿਲ੍ਹਿਆਂ ਦਾ ਗੁਰੂ ਘਰ ਇੱਥੇ ਲੰਗਰ ਲੱਗ ਰਿਹਾ ਜੀ ਹੋਲੇ ਮਹੱਲੇ 'ਤੇ ਜੀ। ਕਿਸ ਦਿਨ ਦੇ ਆਏ ਹੋ, ਕਿੰਨੇ ਦਿਨ ਰੁਕੋਗੇ? ਅਸੀਂ 4 ਤਰੀਕ ਦੇ ਆਏ ਜੀ, ਅਤੇ ਜਿਹੜੀ ਕੁਛ ਸੰਗਤ ਹੈ ਜਿਹੜੀ ਆ ਪਹਿਲੋਂ ਆ ਗਈ ਜੀ। ਤੁਸੀਂ ਅੰਕਲ ਜੀ ਕਿੱਥੋਂ ਆਏ ਹੋ? ਕਪੂਰਥਲਾ ਜ਼ਿਲ੍ਹੇ ਤੋਂ। ਕਪੂਰਥਲੇ ਜ਼ਿਲ੍ਹੇ ਤੋਂ ਆਏ ਹੋ, ਕਿੰਨੇ ਦਿਨ ਰੁਕ ਰਹੇ ਹੋ ਫਿਰ ਇੱਥੇ? ਇੱਥੇ ਅਸੀਂ 5 ਦਿਨ ਰੁਕ ਰਹੇ ਹਾਂ। ਪਰਿਵਾਰ ਸਮੇਤ ਇੱਥੇ ਪਹੁੰਚੇ? ਪਰਿਵਾਰ ਸਮੇਤ। ਤਾਂ ਜੋ ਸੰਗਤ ਹੈ ਦੂਰ ਦੁਰਾਡੇ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਅਤੇ ਹੋਰ ਵੀ ਗੱਲ ਕਰਦੇ ਹਾਂ, ਕਿੱਥੋਂ ਆਏ ਅੰਕਲ ਜੀ ਤੁਸੀਂ? ਕਪੂਰਥਲਾ ਜ਼ਿਲ੍ਹਾ। ਕਪੂਰਥਲੇ ਜ਼ਿਲ੍ਹੇ ਤੋਂ ਆਏ ਹੋ, ਕਿੰਨੇ ਦਿਨ ਰੁਕ ਰਹੇ ਹੋ ਗੁਰਦੁਆਰਾ ਸਾਹਿਬ? 10 ਦਿਨ। 10 ਦਿਨ ਇੱਥੇ ਹੀ ਰੁਕੋਗੇ ਪਰਿਵਾਰ ਸਮੇਤ ਪਹੁੰਚੇ? ਹਾਂ ਹਾਂ, ਟਰਾਲੀ 2। ਜੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ, ਜੋ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆ ਰਹੀਆਂ ਨੇ, ਜੋ ਕੀਰਤਨ ਹੈ ਲਗਾਤਾਰ ਜਾਰੀ ਹੈ, ਜਿੱਥੇ ਕੁਝ ਸੰਗਤਾਂ ਜੋ ਚੱਲ ਕੇ ਥੱਕ ਵੀ ਗਈਆਂ ਨੇ ਉਹਨਾਂ ਦੇ ਵੱਲੋਂ ਆਰਾਮ ਕੀਤਾ ਜਾ ਰਿਹਾ, ਪਰ ਜੇ ਦੇਖਿਆ ਜਾਵੇ ਤਾਂ ਜੋ ਉਤਸ਼ਾਹ ਹੈ ਉਸੇ ਤਰ੍ਹਾਂ ਬਰਕਰਾਰ ਹੈ। ਜੋ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਨੇ ਉਹਨਾਂ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ, ਗੁਰੂ ਘਰ ਦੇ ਵਿੱਚ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ, ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਹਰਮਨਜੀਤ ਕੌਰ, ਦੈਨਿਕ ਸਵੇਰਾ ਟੀਵੀ ਸ਼੍ਰੀ ਆਨੰਦਪੁਰ ਸਾਹਿਬ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ, ਇਸ ਵੇਲੇ ਅਸੀਂ ਮੌਜੂਦ ਹਾਂ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਰਾਤ ਦਾ ਸਮਾਂ, ਪਰ ਸੰਗਤਾਂ ਦੇ ਵਿੱਚ ਉਤਸ਼ਾਹ ਉਸੇ ਤਰ੍ਹਾਂ ਬਰਕਰਾਰ ਹੈ, ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜੋ ਬੀਬੀਆਂ ਉਹਨਾਂ ਦੇ ਵੱਲੋਂ ਪ੍ਰਸ਼ਾਦੇ ਪਕਾਏ ਜਾ ਰਹੇ ਨੇ ਉੱਥੇ ਹੀ ਰਸ ਭਿੰਨਾ ਕੀਰਤਨ ਕੀਤਾ ਜਾ ਰਿਹਾ ਸ਼ਬਦ ਜੋ ਗਾਏ ਜਾ ਰਹੇ ਨੇ। ਦੱਸ ਦਈਏ ਕਿ ਦੂਰ ਦੁਰਾਡੇ ਤੋਂ ਜੋ ਸੰਗਤਾਂ ਚੱਲ ਕੇ ਆ ਰਹੀਆਂ ਨੇ ਉੱਥੇ ਹੀ ਜੋ ਰਾਤ ਇੱਥੇ ਰਾਤ ਦਾ ਸਮਾਂ ਰੁਕੇ ਨੇ ਦੂਜੇ ਪੜਾਅ ਦਾ ਜੋ ਹੋਲਾ ਮਹੱਲਾ ਸ਼ੁਰੂ ਹੋ ਚੁੱਕਿਆ ਅਤੇ ਲਗਾਤਾਰ ਦੂਰੋਂ ਚੱਲ ਕੇ ਜੋ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਨੇ ਇਸੇ ਦੇ ਚੱਲਦੇ ਜੋ ਸੇਵਾ ਵੀ ਲਗਾਤਾਰ ਜਾਰੀ ਹੈ ਰਾਤ ਦੇ ਸਮੇਂ ਦੇ ਵਿੱਚ ਵੀ ਜੋ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਉਸੇ ਤਰ੍ਹਾਂ ਬਰਕਰਾਰ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਆਂਟੀ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਡਿਸਟ੍ਰਿਕਟ ਕਪੂਰਥਲਾ ਢਿਲਵਾ ਤੋਂ ਆਏ ਹਾਂ ਜੀ। ਕਿਸ ਦਿਨ ਤੇ ਆਏ ਹੋ ਤੇ ਕਿੰਨੇ ਦਿਨ ਰੁਕੋਗੇ ਇੱਥੇ? 8 ਦਿਨ। ਅਸੀਂ 2 ਦਿਨ ਤੋਂ ਆਏ ਹਾਂ ਜੀ, 1 ਦਿਨ ਹੋਰ ਰੁਕਾਂਗੇ, ਹੋਲਾ ਮਹੱਲਾ ਦੇਖ ਕੇ ਫਿਰ ਜਾਵਾਂਗੇ। ਹਾਂਜੀ, ਤਾਂ ਬਿਲਕੁਲ ਜੋ ਸੰਗਤਾਂ ਹੈ ਚੱਲ ਕੇ ਇੱਥੇ ਆਈਆਂ ਹੋਈਆਂ ਹਜੇ ਇੱਥੇ ਰੁਕੂਗੀਆਂ ਵੀ ਤਾਂ ਕੀਰਤਨ ਲਗਾਤਾਰ ਜਾਰੀ ਹੈ, ਬਾਕੀ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਜ਼ਿਲ੍ਹਾ ਕਪੂਰਥਲਾ ਜੀ, ਇੱਥੇ ਗੁਰੂ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਲੰਗਰ ਲੱਗ ਰਿਹਾ ਜੀ। ਇੱਥੇ ਕਪੂਰਥਲਾ ਜ਼ਿਲ੍ਹਾ ਅਤੇ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਾ ਜੀ, ਤਿੰਨਾਂ ਜ਼ਿਲ੍ਹਿਆਂ ਦਾ ਗੁਰੂ ਘਰ ਇੱਥੇ ਲੰਗਰ ਲੱਗ ਰਿਹਾ ਜੀ ਹੋਲੇ ਮਹੱਲੇ 'ਤੇ ਜੀ। ਕਿਸ ਦਿਨ ਦੇ ਆਏ ਹੋ, ਕਿੰਨੇ ਦਿਨ ਰੁਕੋਗੇ? ਅਸੀਂ 4 ਤਰੀਕ ਦੇ ਆਏ ਜੀ, ਅਤੇ ਜਿਹੜੀ ਕੁਛ ਸੰਗਤ ਹੈ ਜਿਹੜੀ ਆ ਪਹਿਲੋਂ ਆ ਗਈ ਜੀ। ਤੁਸੀਂ ਅੰਕਲ ਜੀ ਕਿੱਥੋਂ ਆਏ ਹੋ? ਕਪੂਰਥਲਾ ਜ਼ਿਲ੍ਹੇ ਤੋਂ। ਕਪੂਰਥਲੇ ਜ਼ਿਲ੍ਹੇ ਤੋਂ ਆਏ ਹੋ, ਕਿੰਨੇ ਦਿਨ ਰੁਕ ਰਹੇ ਹੋ ਫਿਰ ਇੱਥੇ? ਇੱਥੇ ਅਸੀਂ 5 ਦਿਨ ਰੁਕ ਰਹੇ ਹਾਂ। ਪਰਿਵਾਰ ਸਮੇਤ ਇੱਥੇ ਪਹੁੰਚੇ? ਪਰਿਵਾਰ ਸਮੇਤ। ਤਾਂ ਜੋ ਸੰਗਤ ਹੈ ਦੂਰ ਦੁਰਾਡੇ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਅਤੇ ਹੋਰ ਵੀ ਗੱਲ ਕਰਦੇ ਹਾਂ, ਕਿੱਥੋਂ ਆਏ ਅੰਕਲ ਜੀ ਤੁਸੀਂ? ਕਪੂਰਥਲਾ ਜ਼ਿਲ੍ਹਾ। ਕਪੂਰਥਲੇ ਜ਼ਿਲ੍ਹੇ ਤੋਂ ਆਏ ਹੋ, ਕਿੰਨੇ ਦਿਨ ਰੁਕ ਰਹੇ ਹੋ ਗੁਰਦੁਆਰਾ ਸਾਹਿਬ? 10 ਦਿਨ। 10 ਦਿਨ ਇੱਥੇ ਹੀ ਰੁਕੋਗੇ ਪਰਿਵਾਰ ਸਮੇਤ ਪਹੁੰਚੇ? ਹਾਂ ਹਾਂ, ਟਰਾਲੀ 2। ਜੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਬਣਿਆ ਹੋਇਆ, ਜੋ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆ ਰਹੀਆਂ ਨੇ, ਜੋ ਕੀਰਤਨ ਹੈ ਲਗਾਤਾਰ ਜਾਰੀ ਹੈ, ਜਿੱਥੇ
कुछ संगतां जो चल के थक भी गई ने उन्होंने वालों आराम किया जा रहा, पर जो देखा जाए तो जो उत्साह है उस तरह बरकरार है। जो संगतां गुरुद्वारा साहिब नतमस्तक होईयां ने उन्होंने वालों लगातार सेवा की जा रही है, गुरु घर के वाहिगुरु का जाप किया जा रहा है, उत्साह देखने को मिल रहा। कैमरामैन जतेंद्र के नाल मैं हरमनजीत कौर, दैनिक सवेरा टीवी, श्री आनंदपुर साहिब।